ਹੈਲੋ ਹਾਂਜੀ, ਕਿੱਦਾਂ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਬਹੁਤ ਬਹੁਤ ਸਵਾਗਤ ਆਪਣੇ ਚੈਨਲ ਦੀ ਨਵੀਂ ਵੀਡੀਓ 'ਤੇ। ਆਪਾਂ ਆਪਣਾ ਕਰਦੇ ਹਾਂ ਵਲੌਗ ਸਟਾਰਟ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਲਓ ਲਾਈਕ ਅਤੇ ਬੈੱਲ ਆਈਕਨ ਦੁਬਾਰਾ ਨਾ ਭੁੱਲਣਾ। ਹੁਣ ਆਪਾਂ ਚੱਲੇ ਹਾਂ ਖਰੜ ਚੰਡੀਗੜ੍ਹ ਕੋਲ, ਸਿਸਟਰ ਅਤੇ ਜੀਜੂ ਹੋਣਾ ਕੋਲ। ਜੀਜੂ ਦਾ ਬਰਥਡੇ ਆ ਕੱਲ੍ਹ, ਅਤੇ ਆਪਾਂ ਰਾਤੀ 12 ਵਜੇ ਬਰਥਡੇ ਸੈਲੀਬ੍ਰੇਟ ਕਰਾਂਗੇ। ਹੁਣ ਵੱਜ ਚੁੱਕੇ ਆ, 2:30 ਵੱਜ ਚੁੱਕੇ ਆ। ਹੁਣ ਮੈਂ ਨਿਕਲਿਆ ਆਫਿਸ ਤੋਂ, ਆ ਕੇ ਰੈਡੀ ਸੈਡੀ ਹੋਇਆ। ਹੁਣ ਆਪਾਂ ਚੱਲਦੇ ਹਾਂ ਬੱਸ ਬਾਈਪਾਸ ਤੋਂ ਆਪਾਂ ਬੱਸ ਲੈ ਲੈਣੀ ਹੈ ਸਿੱਧਾ ਖਰੜ ਦੀ। ਬਾਕੀ ਵੇਖਦੇ ਹਾਂ ਕੀ ਸੀਨ ਬਣਦਾ, ਅਤੇ ਚਲੋ ਆਪਾਂ ਆਪਣਾ ਕਰਦੇ ਹਾਂ ਵਲੌਗ ਸਟਾਰਟ। ਅੱਗੇ ਸਾਹ ਸਾਹ ਹੋ ਗਏ ਬੋਲਦੇ ਬੋਲਦੇ, ਕਿਉਂਕਿ ਜਲਦੀ ਜਲਦੀ ਇਹਦੇ ਵਿੱਚ ਰੈਡੀ ਹੋਇਆ। ਅਤੇ ਵੈਸੇ ਮੈਂ ਨਿਕਲ ਆਇਆ ਸੀਗਾ, ਪਰ ਮੈਂ ਵਾਲਟ ਘਰ ਭੁੱਲ ਆਇਆ ਸੀਗਾ, ਅਤੇ ਪੱਗ ਵੀ ਮੈਂ ਦੂਜੀ ਵਾਰੀ ਬੰਨੀ ਆ। ਪਹਿਲੀ ਵਾਰੀ ਪੌਣੀ ਖੁੱਲ ਗਈ ਸੀਗੀ, ਫਿਰ ਮੈਂ ਦੂਜੀ ਵਾਰੀ ਪੱਗ ਬੰਨੀ ਹੈ, ਅਤੇ ਫਿਰ ਜਲਦੀ ਜਲਦੀ ਆ ਕੇ ਮੈਂ ਰੈਡੀ ਹੋਇਆ। ਹੁਣ ਬਸ ਮੈਂ ਵੇਖਦਾ ਇੱਥੋਂ ਈ ਰਿਕਸ਼ਾ ਵੇਖਦਾ, ਜੇ ਮਿਲ ਗਿਆ ਤਾਂ ਠੀਕ ਹੈ, ਨਹੀਂ ਤਾਂ ਇੱਥੇ ਆਪਣੇ ਬਾਈਪਾਸ ਨੇੜੇ ਆ, ਤਾਂ ਉਦੋਂ ਉੱਥੋਂ ਤੱਕ ਆਪਾਂ ਤੁਰ ਕੇ ਚੱਲਾਂਗੇ। ਈ ਰਿਕਸ਼ਾ ਆਪਾਂ ਨੂੰ ਮਿਲ ਚੁੱਕਿਆ, ਅਤੇ ਹੁਣ ਆਪਾਂ ਚੱਲਦੇ ਹਾਂ ਬਾਈਪਾਸ। ਬਸ ਪਹੁੰਚ ਹੀ ਗਏ। ਹਾਂਜੀ, ਆਪਾਂ ਬੱਸ 'ਚ ਬਹਿ ਗਏ ਹਾਂ, ਅਤੇ ਹੁਣ ਸਿੱਧਾ ਖਰੜ ਵਾਲੀ ਬੱਸ ਹੀ ਲਈ ਆਪਾਂ, ਏਸੀ ਵਾਲੀ, ਅਤੇ ਪਹੁੰਚ ਜਾਵਾਂਗੇ ਬਸ ਜਲਦੀ ਜਲਦੀ। ਟਿਕਟ ਕਟਾ ਲਈ ਆਪਾਂ, ਟਿਕਟ ਲੈ ਲਈ ਆਪਾਂ, ਅਤੇ ਹੁਣ ਆਪਾਂ ਓਰੀਓ ਖਾਂਦੇ ਹਾਂ, ਅਤੇ ਫਿਰ ਆਪਾਂ ਥੋੜ੍ਹਾ ਚਿਰ ਕਰਾਂਗੇ ਰੈਸਟ। ਹਾਂਜੀ, ਮੋਗੇ ਪਹੁੰਚ ਚੁੱਕੇ ਆਪਾਂ। ਇਸ ਤੋਂ ਬਸ ਸਮਰਾਲਾ, ਮਰਿੰਡਾ ਤੇ ਖਰੜ। ਆਪਾਂ ਭੁੱਖ ਲੱਗੀ ਸੀਗੀ, ਲੁਧਿਆਣੇ ਪਹੁੰਚ ਚੁੱਕੇ ਹਾਂ, ਲੁਧਿਆਣੇ ਬੱਸ ਸਟੈਂਡ। ਪਾਣੀ ਦੀ ਬੋਤਲ ਅਤੇ ਕੁਰਕਰੇ ਆਪਾਂ ਲੈ ਲਏ ਆ। ਲਓ ਜੀ, ਲੁਧਿਆਣੇ ਤੋਂ ਤੁਰ ਪਈ ਹੈ ਬੱਸ। ਹੁਣ ਬਸ 6:15 ਹੋ ਗਏ ਆ, 7:30 ਵਜੇ ਤੱਕ ਪਹੁੰਚ ਜਾਵਾਂਗੇ ਖਰੜ। ਲੁਧਿਆਣੇ ਟ੍ਰੈਫਿਕ ਬਹੁਤ ਹੁੰਦਾ ਯਾਰ। ਹਾਂਜੀ, ਖਰੜ ਪਹੁੰਚ ਚੁੱਕੇ ਹਾਂ ਆਪਾਂ, ਅਤੇ 8:15 ਹੋ ਗਏ ਆ। ਬਸ ਜੀਜੂ ਆਉਂਦੇ ਲੈਣ, ਅਤੇ ਫਿਰ ਆਪਾਂ ਚੱਲਾਂਗੇ ਘਰ ਨੂੰ, ਰੋਟੀ ਪਾਣੀ ਖਾਵਾਂਗੇ, ਅਤੇ ਫਿਰ ਆਪਾਂ ਵੇਖਾਂਗੇ ਇੱਧਰਲੇ ਪਾਸੇ ਕੋਈ ਘੁੰਮਣ ਵਗੈਰਾ ਨੂੰ ਹੋਇਆ ਤਾਂ ਘੁੰਮ ਲਵਾਂਗੇ, ਨਹੀਂ ਤਾਂ ਫਿਰ ਕੇਕ ਵਗੈਰਾ ਲੈ ਚੱਲਦੇ ਹਾਂ, ਪੁੱਛ ਲੈਂਦੇ ਹਾਂ ਕੋਈ ਸ਼ੌਪ ਵਗੈਰਾ। ਇੱਧਰ ਆਪਣੇ ਗੋਲਡ ਜਿੰਮ ਆ ਗਈ, ਭਲਾ ਕੈਮਰਾ ਸਾਫ਼ ਕਰ ਲਈਏ ਯਾਰ।
ਸ਼ਿਵਾਜੀ ਟਾਊਨਸ਼ਿਪ ਚੱਲਿਆ ਹੁਣ ਘਰ ਨੂੰ। ਖਰੜ ਲਾਂਡਰਾਂ 7 ਕਿਲੋਮੀਟਰ। ਕੇਕ ਇੱਥੇ ਲੈ ਲੈਂਦੇ ਹਾਂ। ਲਓ ਜੀ ਕੇਕ ਸ਼ੋਪ ਮਿਲ ਚੁੱਕੀ ਹੈ ਅਤੇ ਆਪਾਂ ਕੇਕ ਲੈ ਲਈਏ। ਲਓ ਜੀ ਪਹੁੰਚ ਚੁੱਕੇ ਆਪਾਂ ਘਰ, ਹੁਣ ਬਸ ਰੋਟੀ ਪਾਣੀ ਖਾਣੇ ਪੀਣੇ ਹਨੇਰਾ ਹੋ ਗਿਆ ਹੈ ਨਾ। ਕਿਵੇਂ ਇੰਨਾ ਕਰ ਸਕਿਆ ਤੂੰ, ਇਹ ਤੂੰ ਕਰ ਸਕਿਆ ਹੈ? ਵਧੀਆ ਵਧੀਆ। ਰੋਟੀ ਪਾਣੀ ਆਪਾਂ ਖਾ ਲਈ ਹੈ, ਪਾਣੀ ਵੀ ਪੀ ਲਿਆ, ਰੋਟੀ ਵੀ ਖਾ ਲਈ, ਅਤੇ ਹੁਣ ਆਪਾਂ ਦੁਬਾਰਾ ਆਏ ਹਾਂ ਬਾਜ਼ਾਰ ਨੂੰ। ਘੁੰਮਦੇ ਹਾਂ, ਐਕਸਪਲੋਰ ਕਰਦੇ ਹਾਂ, ਕੋਈ ਵਗੈਰ ਕੋਈ ਚੀਜ਼ ਵਗੈਰਾ ਚਚੀ ਤਾਂ ਆਪਾਂ ਲੈ ਆਵਾਂਗੇ। ਮਾਰਕੀਟ ਆਏ ਹਾਂ, ਮਾਰਕੀਟ ਬੰਦ ਵੀ ਹੋਣ ਲੱਗ ਗਈ। ਬਾਜ਼ਾਰ ਬੰਦ ਹੋ ਚੁੱਕਿਆ ਜੀ, ਅਸੀਂ ਵਲੌਗ ਬਣਾਉਣ ਆਏ ਸੀਗੇ। ਚਲੋ ਕੋਈ ਗੱਲ ਨਹੀਂ, ਫਿਰ ਨੈਕਸਟ ਟਾਈਮ। ਪਹਿਲਾਂ ਹੀ ਸ਼ਟਰ ਲਾਉਣ ਲੱਗ ਗਏ ਤਾਂ ਪਹਿਲਾਂ ਹੀ। ਖਰੜ ਦੀਆਂ ਗਲੀਆਂ ਵੇਖੋ ਤੁਸੀਂ, ਗਲੀਆਂ ਸਨ ਸਨਾਟਾ। 9 ਵਜੇ ਜਮਾਂ ਬਾਜ਼ਾਰ ਬੰਦ। ਹਾਂਜੀ, ਘਰ ਨੂੰ ਵਾਪਸ ਆ ਗਏ ਆਪਾਂ, ਹੁਣ ਬਸ ਬਹਿੰਦੇ ਹਾਂ, ਰੋਟੀ ਪਾਣੀ ਤਾਂ ਖਾ ਲਈ, ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਫਿਰ ਬਰਥਡੇ ਸੈਲੀਬ੍ਰੇਟ ਕਰਾਂਗੇ। ਸਪੈਸ਼ਲ ਮੁਕਤਸਰ ਤੋਂ ਖਰੜ ਚੰਡੀਗੜ੍ਹ ਕੋਲ ਆਏ ਆਪਾਂ ਬਰਥਡੇ ਸੈਲੀਬ੍ਰੇਟ ਕਰਨ। ਸੁਬਹਾ ਸੁਬਹਾ ਆਪਾਂ ਨਿਕਲ ਜਾਣਾ, ਫਿਰ ਜਾ ਕੇ ਆਪਾਂ ਵੇਖਦੇ ਹਾਂ ਕੀ ਮਾਹੌਲ ਚਾਲ ਹੈ। ਲਓ ਜੀ ਆ ਗਿਆ ਕੇਕ, ਅਤੇ ਆ ਕੇ ਜੀਜੂ ਬਿਮਾਰ ਹੋਏ ਪਏ ਆ, ਠੰਡੇ ਪਾਣੀ ਨਾਲ ਨਹਾ ਲਏ ਠੰਡ ਦੇ ਵਿੱਚ। ਮੋਮਬੱਤੀਆਂ ਵੀ ਆ ਗਈਆਂ, ਮੋਮਬੱਤੀਆਂ ਵੀ ਲਾਉਂਦੇ ਹਾਂ। ਰਾਤ ਦੇ 12 ਵੱਜ ਚੁੱਕੇ, ਮਸਾਂ ਹੀ ਜਾਗ ਗਏ, ਸਾਰਿਆਂ ਦੀਆਂ ਅੱਖਾਂ ਵਿੱਚ ਨੀਂਦ। ਹਾਂ ਬਈ ਚਲੋ ਫੂਕ ਤਾਂ ਮਾਰੋ ਪਹਿਲਾਂ। ਹੈਪੀ ਬਰਥਡੇ ਟੂ ਯੂ ਇਨਕਲਾਬ ਜਿੰਦਾਬਾਦ।
ਅੱਛਾ ਆਪਾਂ ਇੱਦਾਂ ਹੀ ਖਵਾ ਦਿੰਦੇ ਹਾਂ, ਕੋਈ ਨਾ ਲਓ ਭਾਜੀ। ਲੈ ਵੀ ਪਾ ਬਾਟੀਆਂ ਕੋਲੀਆਂ ਚ, ਉਹ ਵੀ ਇਦਾਂ ਦੇ ਬਣਾ ਦੇ ਉਹਦੇ। ਹਾਂਜੀ ਹੁਣ ਆਪਾਂ ਵਲੌਗ ਕਰਦੇ ਹਾਂ ਐਂਡ, ਅਤੇ ਸੁਬਹਾ ਕਰਾਂਗੇ ਕੰਟੀਨਿਊ। ਸੁਬਹਾ ਵੈਸੇ ਬਸ ਜਾਣਾ ਹੀ ਆ ਰੋਟੀ ਪਾਣੀ ਖਾ ਕੇ, ਅਤੇ ਉਹਦੀ ਆਪਾਂ ਵਲੌਗ ਐਂਡ ਕਰਾਂਗੇ। ਹੁਣ ਆਪਾਂ ਲੱਗੇ ਹਾਂ ਸੌਣ, ਕੇਕ ਖਾ ਕੇ, ਅਤੇ ਮਿਲਦੇ ਹਾਂ ਹੁਣ ਆਪਾਂ ਸਿੱਧਾ ਸੁਬਹਾ। ਦੀ ਨੈਕਸਟ ਡੇ। ਹਾਂਜੀ ਗੁੱਡ ਮਾਰਨਿੰਗ, ਕਿਵੇਂ ਹੋ ਸਾਰੇ? ਆਪਾਂ ਵਧੀਆ, ਸਭ ਠੀਕ ਠਾਕ। ਅਤੇ ਆਪਾਂ ਹੋ ਚੁੱਕੇ ਰੈਡੀ, ਸੁਬਹਾ ਦੇ ਵੱਜ ਚੁੱਕੇ 8, ਅਤੇ ਸਿਸਟਰ ਬਣਾ ਰਹੇ ਆਲੂ ਵਾਲੇ ਪਰੌਂਠੇ, ਅਤੇ ਫਿਰ ਉਹ ਖਾਂਦੇ ਹਾਂ, ਅਤੇ ਫਿਰ ਆਪਾਂ ਚੱਲਦੇ ਹਾਂ ਘਰ ਨੂੰ ਵਾਪਸ। ਮਾਹੌਲ ਤਾਂ ਇੱਥੇ ਵਧੀਆ ਆ, ਘੈਂਟ ਜੀ ਫੀਲਿੰਗ ਆਉਂਦੀ ਆ। ਬਸ ਆ ਛੱਪੜ ਜਾਣਾ ਜਿਹੜਾ ਇਹ ਕੰਮ ਖਰਾਬ ਕਰਤਾ। ਆ ਗਏ ਆਲੂ ਦੇ ਪਰੌਂਠੇ, ਸਬਜ਼ੀ ਅਤੇ ਦਹੀਂ ਖਾਂਦੇ ਹਾਂ, ਅਤੇ ਉਹਨਾਂ ਨੂੰ ਜੀਜੂ ਵੀ ਆ ਜਾਂਦੇ, ਫਿਰ ਚੱਲਦੇ ਆਪਾਂ ਘਰ ਨੂੰ। ਹਾਂਜੀ ਖਰੜ ਤੋਂ ਆਪਾਂ ਤੁਰ ਪਏ ਹਾਂ, ਹੁਣ ਬਸ ਲੈਂਦੇ ਹਾਂ ਈ ਰਿਕਸ਼ਾ ਜਾਂ ਆਟੋ, ਬੱਸ ਸਟੈਂਡ ਚੱਲਦੇ ਹਾਂ, ਫਿਰ ਬੱਸ ਲਵਾਂਗੇ ਸਿੱਧਾ ਮੁਕਤਸਰ। ਅਤੇ ਇਹ ਵਾਲਾ ਵਲੋਗ ਆਪਣਾ ਇੱਥੇ ਖਤਮ, ਅਤੇ ਮਿਲਦੇ ਆ ਹੁਣ ਆਪਾਂ ਅਗਲੇ ਵਲੋਗ ਦੇ ਵਿੱਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰ ਲਿਓ ਲਾਈਕ, ਅਤੇ ਬੈਲ ਆਈਕਨ ਤੋਂ ਭਾਵੇਂ ਨਾ ਭੁੱਲਣਾ। ਗੁੱਡ ਨਾਈਟ, ਗੁੱਡ ਨਾਈਟ ਤਾਂ ਨਹੀਂ, ਗੁੱਡ ਮਾਰਨਿੰਗ, ਹੈਵ ਆ ਨਾਈਸ ਡੇ। ਮਿਲਦੇ ਹੁਣ ਆਪਾਂ ਅਗਲੇ ਵਲੋਗ ਦੇ ਵਿੱਚ।